ਸਾਸਰੀਆ ਕਾ ਮੈਂ ਪਰਮਜੀਤ ਕੌਰ ਸਾਨੀ ਤੇ ਰਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਯਾਰ ਪਰ ਲੈ ਕੇ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਵਿਚਾਰ ਚਰਚਾ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਸਭ ਤੋਂ ਪਹਿਲਾਂ ਟੈਣਾ ਸਾਹਿਬ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਤੁਹਾਡੀ ਤੇ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਬਿਲਕੁਲ ਸੋਸੀ ਦਰਸ਼ਕਾਂ ਨੂੰ ਸੱਦਾ ਦੇ ਦਿੰਦੇ ਹਾਂ ਕਿ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕਦੇ ਹੋ ਕਮੈਂਟ ਬਾਕਸ ਦੇ ਰਾਹੀਂ ਕਮੈਂਟ ਬਾਕਸ ਦੇ ਵਿੱਚ ਖਬਰਾਂ ਦੇ ਬਾਬਤ ਆਪਣੀਆਂ ਰਾਏ ਵਿਚਾਰ ਟਿੱਪਣੀਆਂ ਦਿੰਦੇ ਰਹੋ ਤੇ ਅ ਹੀ ਸਭ ਨਾਲ ਕੇ ਉਸ ਤੇ ਵੀ ਵਿਚਾਰ ਚਰਚਾ ਕਰਾਂਗੇ ਸ਼ੁਰੂਆਤ ਕਰ ਲੈਂਦੇ ਆ ਪ੍ਰੋਗਰਾਮ ਦੀ ਕਿਸਾਨੀ ਸੰਘਰਸ਼ ਲਗਾਤਾਰ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ ਅਜੇਹੇ ਦੇ ਵਿੱਚ ਅੱਜ ਦੀ ਜੇਕਰ ਸਥਿਤੀ ਦੀ ਗੱਲ ਕਰੀਏ ਤਾਂ ਤਹਿਣਾ ਸਾਹਿਬ ਜਿਸ ਮੋੜ ਤੇ ਖੜਾ ਹੈ ਕਿਉਂਕਿ ਪਹਿਲਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਸੀ ਮੀਟਿੰਗਾਂ ਦੇ ਲਈ ਹੁਣ ਚਿੱਠੀ ਤੇ ਚਿੱਠੀ ਚਿੱਠੀ ਤੇ ਚਿੱਠੀ ਆ ਰਹੀ ਹੈ ਕੇਂਦਰ ਦੇ ਵੱਲੋਂ ਗੱਲਬਾਤ ਕਰਨ ਦੇ ਲਈ ਅੱਜ ਦੀ ਤਾਰੀਖ ਅੱਜ ਦੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਕਿਸ ਮੋੜ ਤੇ ਖੜਾ ਹੈ ਪਹਿਲੀ ਗੱਲ ਤਾਂ ਪਰਮਜੀ ਇਹ ਹੈ ਕਿ ਅੱਜ ਦੁਪਹਿਰੋਂ ਬਾਅਦ ਯਾਨੀ ਕਿ ਅੱਜ ਦੀ ਤਾਰੀਖ ਨੂੰ ਦੁਪਹਿਰੋਂ ਬਾਅਦ ਕਿਸਾਨ ਆਗੂਆਂ ਨੇ ਇੱਕ ਮਹੱਤਵਪੂਰਨ ਮੀਟਿੰਗ ਕਰਨੀ ਹੈ ਵੀ ਕੀ ਫੈਸਲਾ ਲਿਆ ਜਾਵੇ ਤੇ ਕੀ ਨਾ ਲਿਆ ਜਾਵੇ ਉਹਦੇ ਵਿੱਚੋਂ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜ ਵਾਰ ਹੁਣ ਤੱਕ ਮੀਟਿੰਗਾਂ ਹੋਈਆਂ ਇਹਨਾਂ ਪੰਜਾਂ ਮੀਟਿੰਗਾਂ ਦੇ ਵਿੱਚੋਂ ਸਿੱਟਾ ਕੀ ਨਿਕਲਿਆ ਕਦੇ 7 ਘੰਟੇ ਮੀਟਿੰਗ ਚੱਲੀ ਕਦੇ 8 ਘੰਟੇ ਚੱਲੀ ਕਦੇ 5.5 ਘੰ ਕਦੇ 6 ਘੰਟੇ ਚੱਲੀ ਨਤੀਜਾ ਸਿਫਰ ਨਿਕਲਿਆ ਉਹਦਾ ਹੁਣ ਜਦੋਂ ਕੇਂਦਰ ਦੇ ਮੰਤਰੀ ਇਹ ਗੱਲ ਕਹਿੰਦੇ ਆ ਕਦੇ ਕੋਈ ਸਕੱਤਰ ਇਹ ਗੱਲ ਕਹਿੰਦਾ ਜੀ ਅਸੀਂ ਤੁਹਾਨੂੰ ਫੇਰ ਚਿੱਠੀ ਪਾਤੀ ਆ ਅਸੀਂ ਫੇਰ ਚਿੱਠੀ ਪਾਤੀ ਆ ਆਹ ਲੋ ਇੱਕ ਹੋਰ ਚਿੱਠੀ ਪਾਤੀ ਆ ਉਹ ਅਸਲ ਦੇ ਵਿੱਚ ਦੁਨੀਆ ਭਰ ਦੇ ਵਿੱਚ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਵੀ ਕਿਸਾਨ ਨਹੀਂ ਮੰਨਦੇ ਬਿਲਕੁਲ ਅਸੀਂ ਤਾਂ ਵਾਰ-ਵਾਰ ਚਿੱਠੀਆਂ ਪਾਰੇ ਆ ਦੇਖੋ ਕੱਲ ਵੀ ਪਾਈ ਆ ਆ ਦੇਖੋ ਪਿਛਲੇ ਹਫਤੇ ਵੀ ਪਾਈ ਆ ਕਿਸਾਨ ਹੀ ਨਹੀਂ ਖੜਦੇਗੇ ਉਹਨਾਂ ਦੇ ਵੱਲੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਕਿਸਾਨਾਂ ਨੇ ਪਰਸੋਂ ਦੋ ਟੋਕ ਕੇ ਗੱਲ ਕਹਿਤੀ ਸੀ ਕੱਲੇ-ਕੱਲੇ ਨੁਕਤੇ ਦਾ ਦਲੀਲ ਦੇ ਨਾਲ ਉਹਨਾਂ ਨੇ ਉੱਤਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਜੀ ਕਿ ਚਿੱਠੀਆਂ-ਚੁੱਠੀਆਂ ਦਾ ਫਾਇਦਾ ਕੋਈ ਨਹੀਂਗਾ ਤੁਸੀਂ ਇਹ ਦੱਸੋ ਵੀ ਆਪਾਂ ਖੇਤੀ ਕਾਨੂੰਨ ਰੱਦ ਕਰਨ ਦੇ ਬਾਬਤ ਗੱਲ ਕਦੋਂ ਕਰਨੀ ਆ ਅਸੀਂ ਸੋਧਾ ਕਰਵਾਉਣ ਦੇ ਲਈ ਪੋਦੀਆਂ ਰਾਤਾਂ ਤੋਂ ਥੋੜੀ ਬੈਠੇ ਆਂ ਅਸੀਂ ਸੋਧਾ ਕਰਵਾਉਣ ਦੇ ਲਈ 1 ਮਹੀਨੇ ਤੋਂ ਥੋੜੀ ਬੈਠੇ ਆਂ ਅਸੀਂ ਤਾਂ ਖੇਤੀਕਰੂ ਨੂੰ ਰੱਦ ਕਰਵਾਉਣ ਆਏ ਆ ਤੁਹਾਡੇ ਵਿੱਚ ਚੇਪੀ ਪਤਾ ਨਹੀਂ ਕਿਹੜੀ ਫਸੀ ਵੀ ਆ ਤੁਹਾਡੀ ਸੀੜੀ ਫਸ ਗਈ ਥੋੜੀ ਤਾਂ ਤੁਸੀਂ ਵਾਰ-ਵਾਰ ਸੋਧ ਕਰੇਂਗੇ ਸੋਧ ਕਰੇਂਗੇ ਸੋਧ ਕਰੇਂਗੇ ਐਦਾਂ ਕਰੀ ਜਾਂਦੇ ਆ ਸਾਨੂੰ ਸੋਧਾ ਸਾਦਾ ਨਹੀਂ ਚਾਹੀਦਾ ਸੋ ਇੱਕ ਵਾਰੀ ਫੇਰ ਚਿੱਠੀ ਪਾਤੀ ਉਹਨਾਂ ਨੇ ਕਹਿੰਦੇ ਜੀ ਕਿ ਅਸੀਂ ਐਮਐਸਪੀ ਦੀ ਜਿਹੜੀ ਆ ਲਿਖ ਕੇ ਗਰੰਟੀ ਦੇਣ ਨੂੰ ਤਿਆਰ ਆ ਇਹਨੂੰ ਅਸੀਂ ਤੁਸੀਂ ਬੇਫਿਕਰ ਰਹੋ ਜੀ ਕਿ ਇਹਦੇ ਵਿੱਚ ਕੋਈ ਝੋਲ ਨਹੀਂ ਮਾਰੂਗੀ ਗੱਲ ਪਰ ਕਿਸਾਨਾਂ ਦੇ ਅੰਦਰ ਬਹੁਤ ਸਾਦੇ ਉੱਤੇ ਵਾਜਬ ਮੰਗ ਰੱਖ ਰਹੇ ਆ ਇਹਨਾਂ ਨੂੰ ਇਹ ਚਾਹੀਦਾ ਜੀ ਕਿ ਗੱਲਬਾਤ ਖਤਮ ਜੇਕਰ ਕਰਨੀ ਹੈ ਜੇਕਰ ਗੱਲਬਾਤ ਨਿਪਰੇ ਚਾੜ੍ਹਨੀ ਆ ਕਿਸਾਨਾਂ ਨੂੰ ਆਪੋ ਆਪਣੇ ਘਰੇ ਤੋਰਨਾ ਤਾਂ ਖੇਤੀ ਕਾਨੂੰਨ ਰੱਦ ਕਰਨ ਤੇ ਨਹੀਂ ਤਾਂ ਕਿਸਾਨ ਇਸ ਤੋਂ ਕੱਟ ਨਾ ਮੰਨਦੇ ਪਹਿਲਾਂ ਸੀ ਤੇ ਨਾ ਹੀ ਉਹਨਾਂ ਨੇ ਹੁਣ ਮੰਨਣਾ ਮੈਂ ਇਹ ਹੈਰਾਨ ਆ ਇਸ ਗੱਲ ਦੇ ਉੱਤੇ ਇੱਕ ਪਾਸੇ ਤਾਂ ਕਹਿੰਦੇ ਜੀ ਕਿ ਅਸੀਂ ਸੁਲਾ ਸਫਾਈ ਕਰਨੀ ਆ ਅਸੀਂ ਜੀ ਤੁਹਾਡੇ ਨਾਲ ਮੀਟਿੰਗ ਕਰਨੀ ਆ ਦੂਜੇ ਪਾਸੇ ਕਿ ਤਿੱਤਾ ਜਿਹੜੀਆਂ ਕੇਂਦਰ ਦੀ ਸਰਕਾਰ ਵੱਲੋਂ ਕਿਵੇਂ ਕੀਤੀਆਂ ਜਾਂਦੀਆਂ ਕੱਲ ਕਹਿੰਦੇ ਜੀ ਕਿ 200 ਕਿਸਾਨ ਨਾ ਜਿਹੜਾ ਉਹ ਸੰਘ ਦੇ ਨਾਲ ਜੁੜਿਆ ਹੋਇਆ ਉਹ ਸਾਡੇ ਕੋਲੇ ਆਇਆ ਉਹ ਕਹਿੰਦੇ ਜੀ ਖੇਤੀ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਵੀ ਲੋੜ ਨਹੀਂ ਸਾਨੂੰ ਇਹੀ ਕਾਨੂੰਨ ਮਨਜ਼ੂਰ ਆ ਵੀ ਉਹ ਕਿਹੜੇ ਏਲੀਅਨ ਬੜ ਕੇ ਆਉਂਦੇ ਆ ਉਹ ਕਿਹੜੇ ਗ੍ਰਹਿ ਤੋਂ ਆ ਜਾਂਦੇ ਆ ਵੀ ਜਿਹੜੇ ਕਿਸਾਨ ਇੱਥੇ ਤਾਂ ਦਿਸਦੇ ਨਹੀਂ ਤੁਹਾਨੂੰ ਤੇ ਉਹ ਤੁਹਾਨੂੰ ਦਿਸੇ ਜਾਂਦੇ ਆ ਤੇ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਹੁਣ ਜਿਹੜੀ ਚਿੱਠੀ ਪਾਈ ਆ ਨਾ ਕਹਿੰਦੇ ਜੀ ਤੁਸੀਂ ਸਾਨੂੰ ਸਮਾਂ ਸਥਾਨ ਤੇ ਤਰੀਕੇ ਦੱਸੋ ਕਦੋਂ ਮੀਟਿੰਗ ਕਰਨੀ ਆ ਤੇ ਮੈਂ ਤਾਂ ਇਹ ਕਹਿਣਾ ਵੀ ਇਹਨਾਂ ਨੂੰ ਕਹੋ ਜੀ ਆਜੋ ਸਿੰਘੂ ਬਾਰਡਰ ਦੇ ਉੱਤੇ ਹੀ ਕਰ ਲੈਨੇ ਆ ਆਜੋ ਇਸ ਸਟੇਜ ਤੇ ਬੈਠ ਕੇ ਮੀਟਿੰਗ ਕਰਦੇ ਆ ਨਾਲੇ ਲੱਖਾਂ ਦੀ ਗਿਣਤੀ ਚ ਕਿਸਾਨ ਹੈਗੇ ਆ ਤੁਸੀਂ ਆਪ ਹੀ ਆ ਕੇ ਸਮਝਾ ਲਓ ਤੁਸੀਂ ਵਾਰ-ਵਾਰ ਸਾਨੂੰ ਜੋ ਕਹਿੰਨੇ ਵੀ ਖੇਤੀ ਕਾਨੂੰਨ ਤੋਂ ਬਹੁਤ ਅੱਛੇ ਹੈ ਆਮਦਨ ਦੁੱਗਣੀ ਕਰਨ ਵਾਲੇ ਹੈ ਇਹ ਤਾਂ ਕੰਮ 25 ਸਾਲ ਪਹਿਲੇ ਹੋ ਜਾਣਾ ਸੀ ਆ ਕੇ ਸਮਝਾ ਦਿਓ ਤੇ ਨਾਲੇ ਗੱਲਬਾਤ ਖਤਮ ਹੋ ਜੇ ਸੋ ਕੇਂਦਰ ਦੇ ਵੱਲੋਂ ਸ਼ਰਾਤਾਂ ਕੀਤੀਆਂ ਜਾ ਰਹੀਆਂ ਉਹ ਕਿਸਾਨਾਂ ਨੂੰ ਪਾੜਨਾ ਵੀ ਚਾਹੁੰਦੇ ਆ ਉਹ ਕਿਸਾਨਾਂ ਦੀ ਪਿੱਠ ਵੀ ਲਵਾਉਣਾ ਚਾਹੁੰਦੇ ਆ ਪਰ ਗੈਰਤਮੰਦ ਕਿਸਾਨਾ ਜਿਹੜੇ ਉਹ ਲਗਾਤਾਰ ਡਟੇ ਹੋਏ ਆ ਮੈਂ ਅੱਜ ਹੀ ਰਿਪੋਰਟ ਪੜ੍ਹ ਕੇ ਹਟਿਆ 30000 ਦੇ ਕਰੀਬ ਕਿਸਾਨ ਆ ਜਿਹੜੇ ਉਹ ਹਰਿਆਣੇ ਤੇ ਪੰਜਾਬ ਦੇ ਵਿੱਚੋਂ ਪਰਸੋਂ ਤੱਕ ਹੋਰ ਪਹੁੰਚ ਜਾਣੀਆਂ ਬਾਰਡਰ ਦੇ ਉੱਤੇ 15000 ਦੇ ਕਰੀਬ ਪੰਜਾਬ ਦੇ ਵਿੱਚੋਂ 15000 ਹੀ ਹਰਿਆਣੇ ਦੇ ਵਿੱਚੋਂ ਆ ਜਾਨਕਿ ਉੱਥੋਂ ਜਿਹੜੀਆਂ ਜਿਹੜੀਆਂ ਟਰਾਲੀਆਂ ਪਿੰਡਾਂ ਦੀਆਂ ਵਾਪਸ ਆਉਂਦੀਆਂ ਉਹਦੇ ਮੁਕਾਬਲੇ ਉਹਨੀਆਂ ਹੀ ਜਿਹੜੀਆਂ ਟਰਾਲੀਆਂ ਉਹ ਹੋਰ ਚੱਲੀਆਂ ਜਾਂਦੀਆਂ ਸੋ ਕਿਸਾਨ ਨਿਠ ਕੇ ਇਸ ਅੰਦੋਲਨ ਦੇ ਵਿੱਚ ਲੱਗੇ ਹੋਏ ਆ ਜੀ ਬਿਲਕੁਲ ਸੋ ਲਗਾਤਾਰ ਇਹ ਸੰਘਰਸ਼ ਹੋ ਰਹੀ ਤਿੱਖਾ ਹੁੰਦਾ ਜਾ ਰਿਹਾ ਕਿਉਂਕਿ ਸਮੇਂ ਦੇ ਨਾਲ ਨਾਲ ਨਾ ਤਾਂ ਕਿਸਾਨ ਅੱਕ ਰਹੇ ਇਸ ਵਿੱਚ ਟੈਨਨਲ ਸਾਹਿਬ ਦੇਖਣ ਨੂੰ ਮਿਲਿਆ ਕਿ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਦੇ ਖਿਲਾਫ ਤਾਂ ਕਿਸਾਨਾਂ ਦੇ ਵਿੱਚ ਗੁੱਸਾ ਹੈ ਹੀ ਪਰ ਜੋ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਖਿਲਾਫ ਵੀ ਉਹਨਾਂ ਦੇ ਵਿੱਚ ਜ਼ਬਰਦਸਤ ਗੁੱਸਾ ਹੈ ਉਹਨਾਂ ਦੇ ਮੌਲ ਤੱਕ ਬੰਦ ਕਰ ਰਹੇ ਨੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਟਾਵਰ ਤੱਕ ਵੀ ਜੋ ਉਹਨਾਂ ਦੇ ਕਨੈਕਸ਼ਨ ਤੱਕ ਕੱਟ ਦਿੱਤੇ ਗਏ ਨੇ ਕਿੰਜ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਨਾ ਜਿਹੜੇ ਭਾਰਤੀ ਵਸਦੇ ਖਾਸ ਕਰਕੇ ਪੰਜਾਬੀ ਵਸਦੇ ਜਿਹੜੇ ਉਹਨਾਂ ਨੇ ਮਨਾਂ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ ਨਾ ਉਹਨਾਂ ਦੇ ਪ੍ਰਤੀ ਗੁੱਸੇ ਦੀ ਲਹਿਰ ਚਲੋ ਇਹ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਅ ਨਿਊਜ਼ੀਲੈਂਡ ਦੀ ਗੱਲ ਕਰ ਲਓ ਉੱਥੇ ਇੱਕ ਇੰਡੋ ਸਪਾਈਸ ਜਿਹੜੀ ਹੈਗੀ ਇੱਕ ਬਹੁਤ ਵੱਡਾ ਸਟੋਰ ਆ ਸ਼ੋਰੂਮ ਆ ਤੇ ਉਹ ਸਟੋਰ ਵਾਲਿਆਂ ਨੇ ਇੰਡੋ ਸਪਾਈਸ ਵਰਲਡ ਵਾਲਿਆਂ ਨੇ ਅੰਬਾਨੀਆਂ ਤੇ ਅਡਾਨੀਆਂ ਤੇ ਰਾਮਦੇਵ ਦਾ ਸਾਰਾ ਸਮਾਨ ਕੱਢ ਕੇ ਬਾਹਰ ਰੱਖਦਾ ਉੱਥੇ ਡੀ ਐਚ ਸਟੋਰ ਆ ਇੱਕ ਪਾਪਾ ਟੋਏ ਦੇ ਵਿੱਚ ਉਹਨਾਂ ਨੇ ਵੀ ਸਾਰਾ ਸਮਾਨ ਆ ਜਿਹੜਾ ਕੱਢ ਕੇ ਬਾਹਰ ਰੱਖਤਾ ਉਹ ਕਹਿੰਦੇ ਜੀ ਅਸੀਂ ਇਸ ਵਕਤ ਪੰਜਾਬ ਦੇ ਕਿਸਾਨਾਂ ਦੀ ਮੰਗ ਨੂੰ ਸਮਝਦੇ ਆਂ ਪੰਜਾਬ ਦੇ ਕਿਸਾਨ ਸੜਕਾਂ ਦੇ ਉੱਤੇ ਆ ਤੇ ਅਸੀਂ ਸਮਾਨ ਵੇਚੀ ਜਾਏਗੇ ਅਸੀਂ ਗੈਰਤਮਾਨ ਦਾ ਸਾਨੂੰ ਕੋਈ ਘਟਾਵਾ ਦੇ ਪਰਵਾਹ ਨਹੀਂਗੀ ਯਾਨੀ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਵੀ ਜਿਹੜੇ ਸਟੋਰਾਂ ਦੇ ਵਿੱਚੋਂ ਇਦਾਂ ਸਮਾਨ ਬਾਹਰ ਕੱਢਿਆ ਜਾ ਰਿਹਾ ਹੁਣ ਤਿੰਨ ਜਣਾਂ ਦੇ ਵਿੱਚ ਵਿੱਚ ਪੰਜਾਬ ਦੇ ਅੰਦਰ 200 ਦੇ ਕਰੀਬ ਟਾਵਰ ਆ ਜਿਹੜਾ ਰਿਲਾਇੰਸ ਦਾ ਟਾਵਰ ਉਹ ਸਾਲਾਂ ਨੇ ਬੰਦ ਕਰਤਾ ਉਹ ਜਿਹੜੇ ਟਾਵਰ ਬਿਲਕੁਲ ਬੰਦ ਕਰ ਦਿੱਤੇ ਗਏ ਆ ਕਹਿੰਦੇ ਆ ਵੀ 10 ਕਰੋੜ ਰੁਪਏ ਦਾ ਘਾਟਾ ਤਿੰਨ ਦਿਨਾਂ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਔਰ ਰੇਲੈਂਸ ਵਾਲਿਆਂ ਨੂੰ ਪੈ ਗਿਆ ਜਿਹੜੇ Jio ਦੇ ਫੋਨ ਆ ਉਹ ਲਗਾਤਾਰ ਪੋਰਟ ਕਰਵਾਏ ਜਾ ਰਹੇ ਆ SIM ਆ ਜਿਹੜੇ ਉਹਦੇ ਨਾਲ ਵੀ ਬੜਾ ਵੱਡਾ ਘਾਟਾ ਪੈ ਰਿਹਾ ਪੰਜਾਬ ਆ ਜਿਹੜਾ ਬਹੁਤ ਵੱਡੀ ਮੰਡੀ ਆ ਗੱਲਾਂ ਬਾਤਾਂ ਕਰਨ ਦੇ ਮਾਮਲੇ ਦੇ ਵਿੱਚ ਮੋਬਾਈਲ ਦੇ ਉੱਤੇ ਤੇ ਇੱਕ ਵੱਡਾ ਝਟਕਾ ਇੱਥੋਂ ਲੱਗ ਰਿਹਾ ਇਧਰੋਂ ਰੇਲੈਂਸ ਪੈਟਰੋਲ ਪੰਪਾਂ ਦੇ ਮੂਹਰੇ ਬੈਠੇ ਕਿਸਾਨ ਉਧਰ ਉਹ ਰਿਲਾਇੰਸ ਦੇ ਸ਼ੋਰੂਮ ਨਹੀਂ ਖੁੱਲ ਰਹੇ ਇਧਰ ਉਹ ਰਿਲਾਇੰਸ ਤੇ ਜਿਹੜਾ ਬਾਕੀ ਜਿਹੜਾ ਨਕਸ਼ੋਕਾ ਉਹ ਵੀ ਸਾਰਾ ਬੰਦ ਕਰਨ ਲੱਗੇ ਆ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਸੱਟ ਮਾਰਨ ਦੀ ਸਾਡੀ ਇਹ ਕੋਸ਼ਿਸ਼ ਆ ਤੇ ਹੁਣ ਰਿਲਾਇੰਸ Jio ਵਾਲਿਆਂ ਨੇ ਨਾ ਜਿਹੜੀ ਪੰਜਾਬ ਸਰਕਾਰ ਨੂੰ ਚਿੱਠੀ ਦਿੱਤੀ ਆ ਵੀ ਜਿਨ੍ਹਾਂ ਨੇ ਵੀ ਸਾਡੇ ਟਾਵਰਾਂ ਦੀ ਭੰਨ ਤੋੜ ਕੀਤੀ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਹਾਲੇ ਤੱਕ ਤਾਂ ਕਿਸੇ ਵੀ ਥਾਂ ਦੇ ਉੱਤੇ ਭੰਨ ਤੋੜ ਦੀ ਖਬਰ ਆਈ ਨਹੀਂ ਪਰ ਉਹ ਇਸ ਗੱਲ ਨੂੰ ਪਹਿਲਾਂ ਹੀ ਕਵਰ ਕਰ ਰਹੇ ਆ ਵੀ ਜੇਕਰ ਐਦਾਂ ਨਾ ਹੋ ਜੇ ਮੈਂ ਨਹੀਂ ਚਾਹਦਾ ਵੀ ਐਦਾਂ ਹੋਵੇ ਕੋਈ ਭੰਨ ਤੋੜ ਦੀ ਤਾਂ ਗੱਲ ਹੈ ਨਹੀਂਗੀ ਕਿਸਾਨ ਸਿਆਣੇ ਆ ਉਹ ਚ ਅਸੀਂ ਅਮਬਾਨੀਆਂ ਅਡਾਨੀਆਂ ਦੀ ਭੁਆਟਣੀ ਲਵਾਈਏ ਤੇ ਮੈਂ ਤਾਂ ਇਹ ਗੱਲ ਸੋਚਦਾ ਜੀ ਕਿ ਹੁਣ ਤੱਕ ਕਹਿੰਦੇ ਸੀਗੇ ਬਈ ਮੈਂ ਚੌਕੀਦਾਰ ਹੂੰ ਮੈਂ ਤਾਂ ਚੌਕੀਦਾਰ ਹੂੰ ਮੈਂ ਹੀ ਚੌਕੀਦਾਰ ਹੂੰ ਮੈਂ ਵੀ ਚੌਕੀਦਾਰ ਹੂੰ ਗੱਲ ਸੱਚੀ ਸੀ ਕਿਉਂਕਿ ਮਾਲਕਤਾ ਦੇਸ਼ ਦੇ ਅਮਾਨੀ ਤੇ ਅਦਾਨੀ ਆ ਉਹ ਤਾਂ ਹੈ ਹੀ ਚੌਕੀਦਾਰ ਸੋ ਇਸ ਕਰਕੇ ਗੱਲ ਇਹ ਆ ਕਿ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨੇ ਬੜੇ ਜਜ਼ਬੇ ਦੇ ਨਾਲ ਬੜੇ ਜੋਸ਼ ਦੇ ਨਾਲ ਵੱਡੇ ਵੱਡੇ ਫੈਸਲੇ ਲਏ ਆ ਕੇਂਦਰ ਦੀ ਸਰਕਾਰ ਦੇ ਕੰਨ ਤੇ ਜੋ ਪਤਾ ਨਹੀਂ ਕਿਹੜੀ ਗੱਲੋਂ ਨਹੀਂ ਸਰਕਦੀ ਉਹ ਮੰਨ ਕੇ ਰਾਜ਼ੀ ਨਹੀਂ ਪਰ ਜਿਨ੍ਹਾਂ ਨੂੰ ਝਟਕਾ ਲੱਗਣਾ ਉਹ ਲਗਾਤਾਰ ਲੱਗ ਹੀ ਜਾਂਦਾ ਜੀ ਜੀ ਬਿਲਕੁਲ ਟਾਣਾ ਸਾਹਿਬ ਮਾਲਕ ਦੀ ਗੱਲ ਕੀਤੀ ਹੈ ਕਿਉਂਕਿ ਮਾਲਕ ਤਾਂ ਦੇਸ਼ ਦੀ ਜਨਤਾ ਹੀ ਹੈ ਲੋਕਤੰਤਰ ਦੇਸ਼ ਹੈ ਪਰ ਜੋ ਕਿਤੇ ਨਾ ਕਿਤੇ ਲੋਕਾਂ ਦੇ ਦੋਸ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਚੌਂਕੀਦਾਰ ਨੇ ਤੇ ਹੁਣ ਮਾਲਕ ਅੰਬਾਨੀਆਂ ਅਡਾਨੀਆਂ ਨੂੰ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਬਣਾਉਣਾ ਚਾਹੁੰਦੇ ਨੇ ਵਜਾ ਇਹ ਹੈ ਕਿ ਜਿਹੜਾ ਪ੍ਰਾਈਵੇਟਾਈਜੇਸ਼ਨ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨੇ ਮਾਤ ਦੇ ਦਿੱਤੀ ਸਰਕਾਰੀ ਜੋ ਉੱਥੇ ਕੋਈ ਵੀ ਦਫਤਰਾ ਦੇ ਵਿੱਚ ਜਿੰਨੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਾਈਵੇਟ ਉਹਦੇ ਵਿੱਚ ਜੋ ਦਖਲ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਬੀਐਸਐਨਐਲ ਨੂੰ ਜੋ ਪ੍ਰਾਈਵੇਟ ਘਰਾਣਿਆਂ ਨੇ ਮਾਤ ਦੇ ਦਿੱਤੀ ਜੋ ਰੇਲਵੇ ਹੈ ਉਸ ਨੂੰ ਵੀ ਪ੍ਰਾਈਵੇਟ ਹਰ ਚੀਜ਼ ਨੂੰ ਪ੍ਰਾਈਵੇਟ ਕਰ ਰਿਹਾ ਹੈ ਵੇਚ ਰਿਹਾ ਇੱਕ ਚੀਜ਼ ਹੈ ਸਰਕਾਰ ਜੇਕਰ ਉਸ ਦਾ ਸਾਰੇ ਸਿਸਟਮ ਨੂੰ ਸੰਭਾਲੇ ਤਾਂ ਸ਼ਾਇਦ ਉਹ ਚੀਜ਼ ਸਸਤੀ ਵੀ ਹੋਵੇ ਮਹਿੰਗਾਈ ਵੀ ਘਟੇ ਤੇ ਲੋਕਾਂ ਤੇ ਬੋਝ ਵੀ ਘੱਟ ਹੋਵੇ ਪਰ ਜਦੋਂ ਉਸ ਦੇ ਵਿੱਚ ਪ੍ਰਾਈਵੇਟ ਆਧਾਰਿਆਂ ਦਾ ਕਾਰਪੋਰੇਟ ਘਰਾਣਿਆਂ ਦਾ ਦਖਲ ਹੋ ਜਾਂਦਾ ਉਸ ਦੇ ਨਾਲ ਮਹਿੰਗਾਈ ਵੀ ਵਾਧੀ ਹੈ ਲੋਕਾਂ ਤੇ ਹੀ ਬੋਝ ਵੱਧਦਾ ਹੈ ਤੇ ਇਸ ਸਭ ਨੂੰ ਵੇਖ ਕੇ ਵੀ ਮੋਦੀ ਸਾਹਿਬ ਲਗਾਤਾਰ ਦੇਸ਼ ਨੂੰ ਵੇਚਦੇ ਹੀ ਜਾ ਰਹੇ ਨੇ ਵੇਚਦੇ ਹੀ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਮੋਦੀ ਸਾਹਿਬ ਨੂੰ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਰਕਾਰ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਹੱਥ ਵੱਸ ਦੀ ਗੱਲ ਨਹੀਂ ਰਹੀ ਪਰ ਲੈਥੇ ਹੈ ਕਿ ਜੇਕਰ ਅਸੀਂ ਵਿਰੋਧੀ ਧਿਰ ਦੀ ਗੱਲ ਕਰੀਏ ਕਿ ਮਜ਼ਬੂਤੀ ਦੇ ਨਾਲ ਵਿਰੋਧੀ ਧਿਰ ਨਜ਼ਰ ਆ ਰਹੀ ਹੈ ਕਿ ਮੋਦੀ ਸਾਹਿਬ ਤੋਂ ਬਾਅਦ ਹੁਣ ਦੇਸ਼ ਦੇ ਜੋ ਹਾਲਾਤ ਨੇ ਇਸ ਤੋਂ ਬਾਅਦ ਵਿਰੋਧੀ ਧਿਰ ਸਾਮ ਸਕਦੀ ਹੈ ਦੇਖੋ ਜੇ ਵਿਰੋਧੀ ਧਿਰ ਦੇ ਵਿੱਚ ਸਾਹਸਤ ਹੁੰਦਾ ਨਾ ਅੱਜ ਦੀ ਤਰੀਕੇ ਦੇ ਵਿੱਚ ਇਹ ਹਾਲਾਤ ਹੀ ਨਹੀਂ ਪੈਦਾ ਹੋਣੇ ਸੀ ਵਿਰੋਧੀ ਧਿਰ ਦੇ ਪਿੱਡ ਪੱਲੇ ਕੁਛ ਨਹੀਂ ਐਸੇ ਕਰਕੇ ਤੋਂ ਚਮਦਗਾ ਚਲਾਉਂਦੇ ਆ ਲੋਕ ਸਭਾ ਦੇ ਵਿੱਚ ਬਹੁਮਤ ਸੀ ਉਹ ਰਾਜ ਸਭਾ ਦੇ ਵਿੱਚ ਵੀ ਬਹੁਮਤ ਪੈਦਾ ਕਰਕੇ ਬਹਿ ਗਏ ਭਾਜਪਾ ਦੇ ਆਗੂ ਸੋ ਇਹਦੇ ਕਰਕੇ ਉਹਨਾਂ ਨੂੰ ਦੋਵਾਂ ਸਦਨਾਂ ਦੇ ਵਿੱਚ ਫਿਕਰ ਕਿਸੇ ਗੱਲ ਦਾ ਨਹੀਂ ਮਰਜ਼ੀ ਦੇ ਮੁਤਾਬਕ ਕਾਨੂੰਨ ਬਣਾਉਂਦੇ ਆ ਆਪਣੀ ਮਰਜ਼ੀ ਨਾਲ ਪਾਸ ਕਰ ਲੈਂਦੇ ਆ ਗੱਲਬਾਤ ਖਤਮ ਹੋ ਜਾਂਦੀ ਆ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਵਿਰੋਧੀ ਧਿਰ ਹਲੇ ਵੀ ਲਾਮਬਦ ਨਹੀਂ ਉਹ ਇਕਜੁੱਟ ਹਲੇ ਵੀ ਨਹੀਂ ਫਿਰ ਤੁਹਾਨੂੰ ਮੈਂ ਕੱਲ ਦੀ ਗੱਲ ਦੱਸਦਾ ਰਾਹੁਲ ਗਾਂਧੀ ਨੇ ਜੇ ਰਾਸ਼ਟਰਪਤੀ ਜਿਹੜੇ ਹੈਗੇ ਨੇ ਰਾਮਨਾਥ ਕੋਬਨ ਉਹਨਾਂ ਨੂੰ ਇੱਕ 2 ਕਰੋੜ ਲੋਕਾਂ ਦੇ ਖਤਾਂ ਵਾਲਾ ਪੱਤਰ ਸੌਂਪਿਆ ਉਹ ਕਹਿੰਦੇ ਜੀ ਦੇਸ਼ ਦੇ ਕਿਸਾਨਾਂ ਦੇ ਅਸੀਂ ਦਸਤਖਤ ਕਰਵਾਏ ਆ ਤੇ ਇਹਦੇ ਵਿੱਚ ਕਿਹਾ ਜੀ ਕਿ ਖੇਤੀਕਰੂਣ ਸਾਨੂੰ ਨਹੀਂ ਚਾਹੀਦੇ ਨਰਿੰਦਰ ਸਿੰਘ ਤੋਮਰ ਕਹਿੰਦੇ ਇਹਦੇ ਉੱਤੇ ਤਾਂ ਘਰ ਦੇ ਯਕੀਨ ਨਹੀਂ ਕਰਦੇ ਕਿਸਾਨਾਂ ਨੇ ਕਿੱਥੇ ਕਰਨਾ ਇਹਦੇ ਉੱਤੇ ਇਹਦੀ ਪਾਰਟੀ ਦੇ ਆਗੂ ਨਹੀਂ ਯਕੀਨ ਕਰਦੇ ਰਾਹੁਲ ਗਾਂਧੀ ਤੇ ਘਰ ਦੇ ਬਾਹਰ ਲੈਨੇ ਕਿੱਥੇ ਕਰਨਾ ਉਹ ਕਹਿੰਦੇ ਜੀ ਮੈਂ ਤਾਂ ਕਿਸਾਨਾਂ ਨੂੰ ਪੁੱਛਿਆ ਉਹ ਕਹਿੰਦੇ ਉਸ ਦਾ ਦਸਤਖਤ ਕੀਤੇ ਨਹੀਂਗੇ ਸੋ ਮਤਲਬ ਇਹ ਆ ਵੀ ਰਾਹੁਲ ਗਾਂਧੀ ਨੂੰ ਇੰਨੇ ਹਲਕੇ ਦੇ ਵਿੱਚ ਲਿਆ ਜਾਂਦਾ ਹਾਲੇ ਤੱਕ ਤੇ ਹਾਲੇ ਕਹਿੰਦੇ ਉਹਨੂੰ ਅਸੀਂ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਆ ਵੀ ਉਹ ਅਸਲ ਦੇ ਵਿੱਚ ਕਾਂਗਰਸ ਦੇ ਕੋਲੇ ਕੋਈ ਚਿਹਰਾ ਹੀ ਹੈ ਨਹੀਂਗਾ ਹਾਲ ਦੀ ਘੜੀ ਮ ਉਹ ਕਹਿੰਦਾ ਜੀ ਕਿ ਨਹੀਂ ਐਵੇਂ ਲੱਗਦਾ ਇਹ ਤਾਂ ਜਦੋਂ ਰਿਲਾਇੰਸ ਵਾਲਿਆਂ ਨੇ ਕਣਕ ਖਰੀਦੀ ਤਾਂ ਮੁਨਾਫਾ ਬਹੁਤ ਹੋਣਾ ਮੈਂ ਕਿਹਾ ਜੀ ਸਾਡਾ ਚੌਲ ਆ ਜਿਹੜਾ ਉਹ ਕੀ ਭਾਅ ਵਿਕਦਾ ਝੋਨਾ ਕੀ ਭਾਅ ਵਿਕਦਾ ਜਦੋਂ ਅਸੀਂ ਰਿਲਾਇੰਸ ਦੇ ਮੋਲ ਦੇ ਵਿੱਚੋਂ ਲੈਣ ਜਾਂਦੇ ਨਾ 5 ਕਿਲੋ ਬਾਸਮਤੀ ਉਹ ਸਾਨੂੰ 5 550 ਰੁਪਏ ਦੇ ਵਿੱਚ ਮਿਲਦੀ ਆ ਉੱਤੇ ਪਹਿਲਾਂ ਹੀ 1000 ਰੁਪਏ ਲਿਖ ਕੇ ਲਿਖਿਆ ਹੁੰਦਾ ਏਕੇ ਸਾਤ ਅਖਬਰੀ ਤੇ ਫਿਰ 500 ਰੁਪਏ ਚ ਪੈਂਦੇ 100 ਰੁਪਏ ਕਿਲੋ ਸਾਨੂੰ ਬਸਮਤੀ ਮਿਲਦੀ ਆ 150 ਰੁਪਏ ਵੀ ਮਿਲਦੀ ਆ ਤੇ ਮੈਂ ਕਿਹਾ ਅੱਜ ਆਟਾ ਜੇਕਰ 25 26 ਰੁਪਏ ਕਿਲੋ ਆ ਜਦੋਂ ਖਰੀਦਣਗੇ ਵੀ ਇਹੀ ਤੇ ਵੇਚਣਗੇ ਵੀ ਇਹੀ ਤੇ ਆਟਾ ਵੀ 100 ਰੁਪਏ ਕਿਲੋ ਹੋਣਾ ਤੇ ਜਿਹੜੇ ਲੋਕ ਅੱਜ ਵੀ ਤਰੀਕੇ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਐਵੇਂ ਰੌਲਾ ਪਾਉਂਦੇ ਸਾਡੇ ਤਾਂ ਜ਼ਮੀਨ ਹੀ ਹੈ ਨਹੀਂ ਸਭ ਤੋਂ ਵੱਡਾ ਖਤਰਾ ਹੀ ਉਹਨਾਂ ਨੂੰ ਆ ਸਭ ਤੋਂ ਵੱਡਾ ਰਗੜੀ ਹੋ ਜਾਣੇ ਜਿੰਨਾਂ ਕੋਲੇ ਜ਼ਮੀਨ ਹੈ ਆਰਟੋ ਨਾਲ ਵਿੱਚੋਂ ਕਿਸਾਨ ਜਾਂ ਸਾਰੂ ਕਿਵੇਂ ਆਪਦੇ ਜੋਗਾ ਤਾਂ ਪੈਦਾ ਕਰੂ ਪਰ ਇਹ ਕਿੱਥੋਂ ਲੈਣਗੇ ਇਸ ਕਰਕੇ ਜਿਨ੍ਹਾਂ ਦੇ ਕੋਲੇ ਜ਼ਮੀਨ ਹੈ ਨਹੀਂ ਉਹ ਵੀ ਇਸ ਵਕਤ ਅੰਦੋਲਨ ਦੇ ਵਿੱਚ ਜਾਣ ਕੱਲ ਮੈਨੂੰ ਮੇਰੇ ਇੱਕ ਦੋਸਤ ਨੇ ਭੇਜਿਆ ਫੋਟੋ ਭੇਜੀ ਉਹਦੇ ਵਿੱਚ ਗਨੇਰੀਆਂ ਜਿਹੜੀਆਂ ਗੰਨੇ ਦੀਆਂ ਉਹ ਮੇਰੇ ਖਾਲ ਵੀ 15 20 ਮਸਾ ਹੋਣੀਆਂ ਐਡੀਆਂ ਐਡੀਆਂ ਉਹ ਪੈਕਟ ਦੇ ਉੱਤੇ ਲਿਖਿਆ 24 ਰੁਪਏ ਮਤਲਬ ਕਿਸਾਨ ਦੇ ਇੱਕ ਗੰਨੇ ਦੇ ਵਿੱਚੋਂ ਇਹੋ ਜੇ 20 ਪੈਕਟ ਕਢ ਲੈ ਤੇ ਬਾਅਦ ਦੇ ਵਿੱਚ 24-24 ਰੁਪਏ ਦੇ ਪੈਕਟ ਵੇਚੇ ਤੇ ਇੱਕ ਗੰਨਾ ਕਿੰਨੇ ਦਾ ਪੈ ਗਿਆ 3-300 ਰੁਪਏ ਦਾ ਇੱਕ ਗੰਨਾ ਵੇਚਣਗੇ ਸੋ ਕਹਿਣ ਦਾ ਭਾਵ ਇਹ ਹੈ ਕਿ ਸਾਡੀਆਂ ਫਸਲਾਂ ਸਾਡੇ ਖੇਤ ਸਾਡੇ ਪੰਜਾਬ ਸਾਡੀ ਜ਼ਰਖੇਜ਼ ਜ਼ਮੀਨ ਹੈ ਜਿਹੜੀ ਉਹਦੇ ਉੱਤੇ ਡਾਕਾ ਵੱਜ ਰਿਹਾ ਅਸੀਂ ਸੋਚੀਏ ਜਾਂ ਨਾ ਸੋਚੀਏ ਸਮਝੀਏ ਜਾਂ ਨਾ ਸਮਝੀਏ ਪਰ ਜਿਹੜਾ ਟੀਕਾ ਸਾਡੇ ਹੁਣ ਤੱਕ ਲੱਗਾ ਅਸੀਂ ਭੁੱਲ ਜਾਨੇ ਆ ਤੇ ਹਾਲੇ ਲੱਗਣੇ ਬੜੇ ਆ ਤੇ ਇਸ ਕਰਕੇ ਭੁੱਲੀਏ ਨਾ ਇਸ ਕਰਕੇ ਜਿਹੜੇ ਵੀ ਇਸ ਅੰਦੋਲਨ ਦੇ ਬਾਬਤ ਕਹਿੰਦੇ ਆ ਵੀ ਭਾਈ ਇਹ ਤਾਂ ਮੁਫਤ ਦੇ ਵਿੱਚ ਅੰਨ ਖਾਣ ਹੂੰ ਕੱਲ ਇੱਕ ਬੰਦੇ ਦਾ ਮੈਂ ਬਿਆਨ ਪੜਿਆ ਕਹਿੰਦੇ ਜੀ ਉੱਥੇ ਤਾਂ ਬਹੁਤ ਅਨਦਾਣਾ ਮਿਲਦਾ ਉੱਥੇ ਤਾਂ ਲੰਗਰ ਭਾਂਤ ਸੁਭਾਂਤੇ ਮਿਲਦੇ ਕਿਸਾਨ ਤਾਂ ਤਾਂ ਚੱਲੇ ਆ ਤੇ ਮੈਂ ਕਿਹਾ ਤੈਨੂੰ ਫੁੱਫੜਨੇ ਰੋਕਿਆ ਤੂੰ ਵੀ ਜਾ ਉੱਥੇ ਰਿਆਈ ਤੋਂ ਨਿਕਲ ਥਾ ਇਹਦੇ ਲਈ ਵੀ ਹਿੰਮਤ ਕਰਨੀ ਪੈਂਦੀ ਆ ਜੇ ਤੂੰ ਰਾਤ ਦੇ ਵੇਲੇ 2 ਡਿਗਰੀ ਟੈਂਪਰੇਚਰ ਚ ਬੈਠੇਗਾ ਜੇਕਰ ਗਦਈਲੇ ਦੇ ਉੱਤੇ ਸਾਰੀ ਰਾਤ ਕੱਢੇਗਾ ਜੇਕਰ ਇੱਕ ਟਰਾਲੀ ਦੇ ਵਿੱਚ 15 ਜਣੇ ਸੌਵੋਗੇ ਲੰਗਰ ਵੀ ਤਾਂ ਛਕੋਗੇ ਨਾ ਜਾਓ ਉੱਥੇ ਘਰ ਦੇ ਵਿੱਚ ਬੈਠ ਕੇ ਹੀਟਰ ਵਾਲੇ ਕਮਰੇ ਦੇ ਵਿੱਚ ਕਹਿ ਦਿੰਨੇ ਇਹ ਤਾਂ ਐਸੇ ਹੀ ਹੈ ਇਹ ਤਾਂ ਵੈਸੇ ਹੀ ਹੈ ਇਦਾਂ ਗੱਲ ਨਹੀਂ ਹੁੰਦੀਗੀ ਕੁਝੋ ਲਗਾਤਾਰ ਕਿਸਾਨੀ ਅੰਦੋਲਨ ਨੂੰ ਸੰਘਰਸ਼ ਦੇ ਬਾਬਤ ਜੋ ਗਲਤ ਖਬਰਾਂ ਫੈਲਾਉਣ ਵਾਲੇ ਬਦਨਾਮ ਕਰਨ ਵਾਲੇ ਵੀ ਬਹੁਤ ਨੇ ਪਰ ਇਹਨਾਂ ਨੂੰ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਦਾ ਅਲੱਗ ਹੀ ਜੋਸ਼ ਹੈ ਇਹਨਾਂ ਦੀ ਅਲੱਗ ਹੀ ਸੱਚਾਈ ਹੈ ਹੱਕ ਦੀ ਆਵਾਜ਼ ਹੈ ਇਸ ਵਿੱਚ ਟੈਨਲ ਸਾਹਿਬ ਖਬਰ ਸਾਹਮਣੇ ਆਈ ਸੀਗੀ ਕਿ ਹਰਪ ਫਾਰਮਰ ਜਿਸ ਦੀ ਕੀ ਤਸਵੀਰ ਲਗਾ ਕੇ ਭਾਜਪਾ ਦੇ ਵੱਲੋਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਭਾਜਪਾ ਦਾਅਵਾ ਕਰਦੀ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ 117 ਸੀਟਾਂ ਤੇ ਉਹ ਲੜੇਗੀ ਤੇ 117 ਜਿੱਤਾਂ ਸੀਟਾਂ ਹੀ ਜਿੱਤੇਗੀ ਉੱਥੇ ਹੀ ਅੱਜ ਇਹਨਾਂ ਨੂੰ ਆਪਣੀਆਂ ਮਸ਼ਹੂਰੀਆਂ ਤੇ ਲਗਾਉਣ ਦੇ ਲਈ ਇੱਕ ਖੁਸ਼ਹਾਲ ਕਿਸਾਨ ਨਹੀਂ ਮਿਲ ਰਿਹਾ ਤੇ ਇਹਨਾਂ ਦਾ ਇਹ ਦਾਵਾ ਕਿੰਨਾ ਕੁ ਸੱਚਾ ਝੂਠਾ ਸਾਬਤ ਹੋਏਗਾ ਇਹਨਾਂ ਨੂੰ 117 ਬੰਦੇ ਲੱਭ ਜਾਣਗੇ ਵੋਟਾਂ 'ਤੇ ਖੜੇ ਕਰਨ ਨੂੰ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਜਿਹੋ ਜਿਹੇ ਅੱਜ ਹਾਲਾਤ ਬਣੇ ਪਏ ਆ ਬਿਲਕੁਲ 117 ਕੀ ਬਣਦਾ 17 ਮਿਹਣੇ ਲੱਭਣੇ ਜਿਵੇਂ ਹਰਜੀਤ ਗਰੇਵਾਲ ਲੱਗਾ ਪਿਆ ਨਾ ਆਪਦੀ ਪਾਰਟੀ ਦੇ ਆਪੇ ਮਿੱਟੀ ਪਟਣ ਉਸ ਹੱਬ ਨਾਲ ਤਾਂ ਕੰਮ ਬਰਾਬਰ ਹੋ ਜਾਣਾ ਇਸ ਕਰਕੇ ਪਹਿਲਾਂ ਤਾਂ ਤੋਲ ਕੇ ਬੋਲਣਾ ਸਿੱਖਣ ਬਿਲਕੁਲ ਦੂਜੀ ਗੱਲ ਇਹ ਹੈ ਕਿ ਵੇਲੇ ਸਿਰ ਫੈਸਲੇ ਸਹੀ ਲੈਣੇ ਸਿੱਖਣ ਤੇ ਅੰਨਦਾਤੇ ਨੂੰ ਮਾਰਨ ਦੀ ਕੋਸ਼ ਵੀ ਇਹ ਤਾਂ ਮਜ਼ਾਕ ਕਰਦੇ ਆ ਇਹਨਾਂ ਨੂੰ ਪੁੱਛਦਾ ਕੌਣ ਆ ਇਹ ਨਿਕ ਨੂੰਨ ਰੱਦ ਹੋਣਗੇ ਵੀ ਤੁਸੀਂ ਪੱਥਰ ਦੇ ਉੱਤੇ ਲਕੀਰ ਖਿੱਚੀ ਬੈਠੇ ਕਿਸਾਨ ਕਿਉਂ ਨਹੀਂ ਖਿੱਚ ਸਕਦਾ ਤੁਸੀਂ ਤਾਂ ਕਿਸਾਨ ਦਾ ਦਿੱਤਾ ਹੋਇਆ ਖਾ ਕੇ ਐੜੀਆਂ ਐੜੀਆਂ ਗੋਗੜਾ ਕੀਤੀਆਂ ਤੇ ਕਿਸਾਨ ਸੁੱਕ ਕੇ ਤੰਬੜਾ ਰਗਾ ਹੋਇਆ ਪਿਆ ਤੇ ਮਤਲਬ ਇਹ ਆ ਵੀ ਤੁਹਾਡੇ ਨਾਲੋਂ ਵੱਧ ਮਿਹਨਤ ਉਹ ਕਰਦਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਭਾਜੀਪੀ ਨੇ ਪਹਿਲੀ ਵਾਰ ਨਹੀਂ ਕੁਝ ਕੀਤਾ ਕੁਝ ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਚੰਦਵਾਜਾ ਦੀ ਇੱਕ ਫੋਟੋ ਆ ਜਿਹੜੀ ਐਵੇਂ ਵਰਤੀ ਸੀ ਭਾਜੀਪੀ ਨੇ ਉਦੋਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਤਾਂ ਕਿਸਾਨੀ ਦੇ ਪੱਖ ਦੇ ਵਿੱਚ ਆ ਮੈਂ ਹਕਮਰਾਨਾਂ ਦੇ ਪੱਖ ਦੇ ਵਿੱਚ ਨਹੀਂ ਹੁਣ ਬੀਜੇਪੀ ਦੀ ਜਿਹੜੀ ਪੰਜਾਬ ਇਕਾਈ ਆ ਉਹਨੇ ਹਰਪ੍ਰੀਤ ਸਿੰਘ ਦੀ ਫੋਟੋ ਵਰਤ ਲਈ ਐਮਐਸਪੀ ਐਸੇ ਹੈ ਖੇਤੀ ਕਾਨੂੰਨ ਐਸੇ ਹੈ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ ਉਹਦੇ ਮੋਢੇ ਤੇ ਕਈ ਰੱਖੀ ਆ ਉਹਦੀ ਹਾਸੇ ਵਾਲੀ ਫੋਟੋ ਤੇ ਨਾਲ ਵਰਤ ਲਈ ਉਹ ਜਿਹੜਾ ਹਰਪ੍ਰੀਤ ਸਿੰਘ ਆ ਉਹ ਸਿੰਘੂ ਬਾਰਡਰ ਦੇ ਉੱਤੇ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਬੈਠਾ ਉਹ ਕਹਿੰਦਾ ਵੀ ਇਹਨਾਂ ਦੇ ਕੋਲੇ ਤਾਂ ਇੱਕ ਫੋਟੋ ਹੈ ਨਹੀਂ ਹੱਸਦੇ ਬੰਦੇ ਦੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਬੀਜੇਪੀ ਦੀ ਬੇਸ਼ਰਮੀ ਵੀ Jio ਦੇ ਇੰਟਰਨੈਟ ਵਾਂਗੂ ਅਨਲਿਮਿਟਿਡ ਹੀ ਆ ਉਹਨੇ ਇਹ ਗੱਲ ਕਹੀ ਆ ਸੋ ਉਹਨੇ ਹੁਣ ਲੀਗਲ ਨੋਟਿਸ ਵੀ ਭੇਜ ਦਿੱਤਾ BJP ਨੂੰ ਵੀ ਤੁਸੀਂ ਮੇਰੀ ਫੋਟੋ ਦੀ ਬਿਨਾ ਪੁੱਛੇ ਵਰਤੋਂ ਕੀਤੀ ਆ ਦੁਰਵਰਤੋਂ ਕੀਤੀ ਆ ਉਹਨੇ 5-6 ਸਾਲ ਪਹਿਲਾਂ ਫੋਟੋ ਖਿਚਵਾਈ ਸੀ ਇਹ ਕਿਉਂਕਿ ਉਹ ਕਲਾਕਾਰ ਬੰਦਾ ਤੇ ਇਹਨਾਂ ਨੇ ਉਹਦੀ ਫੋਟੋ Facebook ਤੋਂ ਚੱਕ ਲਈ ਆ ਇਸ ਕਰਕੇ ਲਾਂਤਾਂ ਦੇ ਟੋਕਰੇ ਬੜੇ ਭਾਰੇ ਭਾਰੇ ਚੱਕ ਰਹੇ ਬਿਲਕੁਲ ਸੋ ਇਸੇ ਦੇ ਵਿੱਚ ਟਹਿਣਾ ਸਾਹਿਬ ਜੋ ਕਿਸਾਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੈਬਿਨਾਰ ਵੀ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਜੋ ਕਿਸਾਨਾਂ ਨੇ ਜਵਾਬ ਦੇਨੇ ਸੀ ਲੋਕਾਂ ਦੇ ਸਵਾਲਾਂ ਦੇ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਇਸ ਵੈਬਿਨਾਰ ਦੀ ਖਾਸੀਅਤ ਇਹ ਵੀ ਸੀ ਕਿ ਇਸ ਦੇ ਵਿੱਚ ਕਿਸਾਨਾਂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ ਜਿਹੜੇ ਇਸ ਦੀ ਖਿਲਾਫਤ ਕਰ ਰਹੇ ਨੇ ਕੰਗਣਾ ਰਣੋਤ ਨੂੰ ਤੇ ਮੁਕੇਸ਼ ਖੰਨਾ ਹੋਰਾਂ ਨੂੰ ਤੇ ਉਹ ਵੈਸੇ ਇਸ ਦਾ ਹਿੱਸਾ ਤਾਂ ਨਹੀਂ ਬਣੇ ਪਰ ਉਹ ਜਿਵੇਂ ਉਹਨਾਂ ਨੂੰ ਲਗਾਤਾਰ ਬੁਲਾਇਆ ਜਾ ਰਿਹਾ ਉਹਨਾਂ ਦਾ ਨਾਂ ਆਣਾ ਤੇ ਕਿਤੇ ਨਾ ਕਿਤੇ ਇੰਜ ਨਹੀਂ ਲੱਗਦਾ ਵੀ ਹੁਣ ਉਹ ਡਰ ਕੇ ਆਪਣੇ ਅੰਦਰ ਚ ਬੈਠ ਗਏ ਨੇ ਵੀ ਪਹਿਲਾਂ ਗਲਤੀਆਂ ਕੀਤੀਆਂ ਸੀ ਨਹੀਂ ਇਹ ਤਾਂ ਅਸਲ ਦੇ ਵਿੱਚ ਕੋਈ ਬੰਦੇ ਥੋੜੀ ਐ ਕੋਈ ਮਨੁੱਖ ਥੋੜੀ ਐ ਹੂੰ ਇਹ ਤਾਂ ਡਰਾਮੇ ਜੇ ਆ ਇਹ ਲੱਕੜ ਦੇ ਘੋੜੇ ਤੇ ਬੈਠ ਕੇ ਝਾਂਸੀ ਦੀ ਰਾਣੀ ਬਣਨ ਵਾਲੀ ਆ ਸਪ੍ਰਿੰਗਾਂ ਵਾਲੇ ਘੋੜੇ ਤੇ ਉੱਥੇ ਬੈਠੀ ਆਏ ਕਰੀ ਜਾਂਦੀ ਆ ਇਹ ਡਰਾਮੇ ਆ ਨੇੜੇ ਸਾਰੇ ਤੋ ਇਸ ਕਰਕੇ ਕੰਗਣਾ ਰਣੋਤ ਦਾ ਕੀ ਵਜੂਦ ਆ ਆ ਮੁਕੇਸ਼ ਖੰਨਾ ਇਹਦਾ ਕੀ ਵਜੂਦ ਆ ਅਜਿਹੇ ਤਰੀਕੇ ਦੇ ਵਿੱਚ ਵਜੂਦ ਉਹਦਾ ਜਿਹੜਾ ਇਸ ਠਾਰੀ ਦੇ ਵਿੱਚ ਬਾਹਰ ਨਿਕਲਦਾ ਵਜੂਦ ਉਹਦਾ ਨਹੀਂਗਾ ਵੀ ਚਮਚੀ ਮਾਰ ਕੇ ਮੋਦੀ ਦੀ ਗੋਦੀ ਦੇ ਵਿੱਚ ਬੈਠ ਕੇ ਤੇ ਗਨਮੈਣਾਂ ਦੀ ਡਰ ਲੈ ਲਈ ਤੇ ਕਹਿੰਗੇ ਜੀ ਹਮ ਤੋ ਚਲੇ ਹੈ ਇਹ ਤੋ ਐਸੇ ਹੈ ਇਨਕਲਾਬ ਕਮਰਿਆਂ ਦੇ ਵਿੱਚ ਬੈਠ ਕੇ ਨਹੀਂ ਆਉਂਦਾ ਇਨਕਲਾਬ ਲਿਆਉਣ ਦੇ ਲਈ ਬਾਹਰ ਨਿਕਲਣਾ ਪੈਂਦਾ ਜਿੰਨੀ ਕ ਸਨਮਾਨ ਮਿਲ ਗਏ ਆ ਕੰਗਣਾ ਰਣੋਤ ਨੂੰ ਜੇਕਰ ਮੰਨ ਲਓ ਵੀ ਗੈਰਤ ਹੋਵੇ ਤਾਂ ਇਹ ਲੰਮਾ ਸਮਾਂ ਇੱਥੇ ਰਹਿਣਗੇ ਜਿੰਨੇ ਕ ਮਿਲ ਗਏ ਖੱਟੜਾ ਨੂੰ ਇਹ ਵੀ ਲੰਮਾ ਸਮਾਂ ਚ ਇੱਤੇ ਰਹਿਣੇ ਚਾਹੀਦੇ ਆ ਪਰ ਇਹ ਤਾਂ ਵੈਸੇ ਨਾ ਕਲਾਕਾਰਾਂ ਦਾ ਇੱਕ ਹਿੱਸਾ ਇਹ ਹੋ ਜਾ ਜਿਹੜਾ ਇਹ ਚਾਹੁੰਦਾ ਜੀ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਈਏ ਪਰ ਉਹ ਇਸ ਕਰਕੇ ਦਬੇ ਬੈਠੇ ਆ ਇਸ ਕਰਕੇ ਚੁੱਪ ਬੈਠੇ ਵੀ ਸਾਡੀਆਂ ਫਿਲਮਾਂ ਨਹੀਂ ਰਿਲੀਜ਼ ਹੋਣ ਦੇਣੀਆਂ ਆ ਆ ਨਿੱਕੀ ਜੀ ਗੱਲ ਹੁੰਦੀ ਕਹਿੰਦੇ ਨੇ 2 ਕਰੋੜ ਰੁਪਈਆ ਦੇਵਾਂਗੇ ਜਿਹੜਾ ਉਹਦਾ ਸਿਰ ਵੱਟ ਕੇ ਲਿਆਊਗਾ ਦੀਪਕਾ ਪਾਦੂਕੋਨ ਦਾ ਫਿਰ ਕੋਈ ਜਿਹਦੇ ਖਾਤੇ ਚ 50 ਰੁਪਏ ਨਹੀਂ ਹੁੰਦੇ ਉਹ ਕਹਿੰਦਾ 50 ਕਰੋੜ ਮੈਂ ਦੇ ਦੂੰਗਾ ਇਹਨਾਂ ਨੇ ਤਾਂ ਖੇਖਣ ਬਣਾਏ ਆ ਪਖੰਡ ਬਣਾਏ ਹੋਏ ਆ ਸਿਨੇਮੇ ਨੂੰ ਅੱਗ ਲਾ ਦੇਾਂਗੇ ਆ ਚਾਰ ਕ ਬੰਦੇ ਉੱਠ ਇਹ ਕਈ ਕਲਾਕਾਰ ਚਾਹੁੰਦੇ ਹੋਏ ਵੀ ਜਿਹੜੇ ਬੋਲ ਨਹੀਂ ਸਕੇ ਉਹ ਚੁੱਪਾ ਫਿਲਮਾਂ ਔਨ ਕਰਕੇ ਪਰ ਕਈ ਕਲਾਕਾਰ ਜਿਹੜੇ ਨਕਲੀ ਸਿੱਖ ਬਣ ਕੇ ਨਾ ਆ ਅਕਸ਼ੇ ਕੁਮਾਰ ਨੇ ਪਗਮਨਲੀ ਸਿੰਘ ਜਿੱਕੇng ਬਣ ਗਿਆ ਆ ਅਮਤਾ ਵਚਨ ਬਣ ਗਿਆ ਉਹ ਤੁਸੀਂ ਨਕਲੀ ਸਿੰਘ ਬਣ ਕੇ ਨਕਲੀ ਸਿੱਖ ਬਣ ਕੇ ਕਰੋੜਾਂ ਅਰਬਾਂ ਕਮਾਈ ਜਾਂਦੇ ਆ ਹੁਣ ਤਾਂ ਅਸਲੀ ਸਿੱਖ ਬੈਠੇ ਆ ਹੁਣ ਤਾਂ ਅਸਲੀ ਪੰਜਾਬੀ ਬੈਠੇ ਆ ਅਸਲੀ ਕਿਸਾਨ ਭਰਾ ਦੇਸ਼ ਦੁਨੀਆ ਦੇ ਵਿੱਚੋਂ ਆਏ ਬੈਠੇ ਆ ਇੱਕ ਮੈਂ ਹੋਰ ਦੱਸਦਾ ਵੀ ਕੱਲ ਖਬਰ ਆਈ ਬੜੀ ਮੈਨੂੰ ਚੰਗੀ ਲੱਗੀ ਗੁਰਬਖਸ਼ ਸਿੰਘ ਨਾਂ ਦਾ ਇੱਕ ਕਿਸਾਨ ਆ ਉਹ ਕਿਸਾਨੀ ਇੱਥੇ ਕਰਦਾ ਸੀ ਹੁਣ ਟ੍ਰਾਂਟੋ ਦੇ ਇੰਡਾ ਪਿਛਲੇ 30 ਸਾਲ ਤੋਂ ਉਹ ਆਇਆ ਸੀ ਹਫਤਾ ਡੇਢ ਹਫਤਾ ਪਹਿਲਾਂ ਇੰਡੀਆ ਪਹਿਲੇ ਦਿਨ ਤੋਂ ਸਿੰਘੂ ਬਾਰਡਰ ਦੇ ਉੱਤੇ ਬੈਠਾ ਉਹਨੇ ਤਿੰਨ ਚਾਰ ਦਿਨਾਂ ਬਾਅਦ ਵਾਪਸ ਜਾਣਾ ਸੀ ਟਿਕਟ ਕੈਨਸਲ ਕਰਵਾ ਲਈ ਕਹਿੰਦਾ ਮੇਰੇ ਭੈਣਾ ਵੀਰ ਇੱਥੇ ਤਪ ਰਹੇ ਆ ਇਥੇ ਪਰੇਸ਼ਾਨ ਤੇ ਮੈਂ ਨਹੀਂ ਵਾਪਸ ਜਾਣਾ ਜਦੋਂ ਮਸਲੇ ਦਾ ਹੱਲ ਹੋ ਗਿਆ ਮੈਂ ਤਾਂ ਉਦੋਂ ਜਾਊਗਾ ਇਹ ਆ ਅਸਲ ਨਾਇਕ ਜਿਹੜੇ ਇਸ ਥਾਰੀ ਦੇ ਵਿੱਚ ਮਰ ਰਹੇ ਆ ਸ਼ਹੀਦ ਹੋ ਰਹੇ ਆ ਉਹ ਆ ਅਸਲ ਨਾਇਕ ਸਾਡੇ ਇਹ ਨਹੀਂ ਵੀ ਜਿਹੜੇ ਤੁਸੀਂ ਰਬੜ ਦੀ ਤਲਵਾਰ ਲੈ ਕੇ ਕਹੋ ਜੀ ਮੈਂ ਤਾਂ ਐ ਕਰ ਦਿੰਦਾ ਹੂੰ ਨਾ ਮੈਂ ਤਾਂ ਐ ਕਰ ਦਿੰਦਾ ਹੂੰ ਬਿਲਕੁਲ ਸਿੰਘ ਇਜ਼ ਕਿੰਗ ਹੈ ਤਾਂ ਹੀ ਤਾਂ ਸਿੰਘੂ ਬਾਰਡਰ ਦੇ ਉੱਪਰ ਅੱਜ ਗੱਜਦੇ ਪਏ ਨੇ ਟੈਣਾ ਸਾਹਿਬ ਖੱਟੜ ਹੋਰਾ ਦੀ ਗੱਲ ਕੀਤੀ ਤੇ ਖੱਟੜ ਹੋਰਾ ਦੀ ਖਬਰ ਵੀ ਸਾਹਮਣੇ ਆਈ ਸੀ ਕਿਉਂਕਿ ਜਦੋਂ ਕਿਸਾਨੀ ਅੰਦੋਲਨ ਜਦੋਂ ਦਿੱਲੀ ਚਲਨ ਨੂੰ ਕੂਚ ਹੋਈ ਸੀ ਉਦੋਂ ਖੱਟੜ ਸਾਹਿਬ ਨੇ ਪੰਜਾਬੀਆਂ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ ਦੇ ਤਹਿਤ ਉਹਨਾਂ ਦੇ ਵੱਲੋਂ ਜੋ ਸੜਕਾਂ ਤੱਕ ਵੀ ਪੱਟ ਦਿੱਤੀਆਂ ਗਈਆਂ ਹੁਣ ਉਹਨਾਂ ਦਾ ਹੀ ਜੋ ਹਤਕੰਡਾ ਉਹਨਾਂ ਤੇ ਹੀ ਅਪਣਾਇਆ ਜਾ ਰਿਹਾ ਹੈ ਬੀਤੇ ਦਿਨ ਖਬਰ سامنے ਆ ਰਹੀ ਹੈ ਕਿ ਦੁਸ਼ਯੰਤ ਚਟਾਲਾ ਹੋਰਾਂ ਨੇ ਹਵਾਈ ਜਹਾਜ਼ ਨਹੀਂ ਜੋ ਹਰਿਆਣੇ ਦੇ ਵਿੱਚ ਉਤਰਨਾ ਸੀ ਪਰ ਕਿਸਾਨਾਂ ਦੇ ਵੱਲੋਂ ਹੈਲੀਪੈਡ ਪੱਟ ਦਿੱਤਾ ਗਿਆ ਉਹਨਾਂ ਨੇ ਕਿਹਾ ਤੁਸੀਂ ਸਾਡੇ ਲਈ ਸੜਕਾਂ ਪੱਟੀਆਂ ਸੀ ਅਸੀਂ ਤੁਹਾਡੇ ਹੈਲੀਪੈਡ ਪੱਟ ਦਿੱਤੇ ਸਾਬ ਬਰਾਬਰ ਨਿੱਕੇ ਹੁੰਦੇ ਤਾਂ ਹੁਣ ਤੱਕ ਪਰਦੇ ਆਏ ਆ ਟਿੱਟਪੋਰ ਟੈਕ ਜੈਸੇ ਕੁੱਤੇ ਸਾਂ ਸਾਬ ਬਰਾਬਰ ਕਰਤਾ ਜਦੋਂ ਕਿਸਾਨ ਜਾਂਦੇ ਸੀ ਦਿੱਲੀ ਦੇ ਵੱਲ ਤੁਸੀਂ ਮਾਮੇ ਲਗਦੇ ਆ ਵੀ ਸਰਕਾਰੀ ਸੜਕਾਂ ਪੱਟੀਆਂ ਇਹ ਹਾਈਵੇ ਇਹ ਸੜਕਾਂ ਕਿਹਦੇ ਖਰਚੇ ਨਾਲ ਬਣੀਆਂ ਲੋਕਾਂ ਦੇ ਨਾਲ ਇਹ ਖੱਟੜ ਜਾਂ ਦੁਸ਼ਯੰਤ ਚਟਾਲੇ ਦੇ ਖਰਚੇ ਨਾਲ ਨਹੀਂ ਬਣੀਆਂ ਲੋਕਾਂ ਦੇ ਟੈਕਸ ਦੇ ਪੈਸੇ ਨਾਲੇ ਸੜਕਾਂ ਬਣੀਆਂ ਤੇ ਤੁਸੀਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਲੈਣ ਤੋਂ ਰੋਕਣ ਲਈ ਰਾਹ ਦੇ ਵਿੱਚ 20-20 ਫੁੱਟ ਡੂੰਘੇ ਟੋਏ ਪੱਟਤੇ ਪਰ ਕਿਸਾਨ ਤਾਂ ਫਿਰ ਵੀ ਸਿਰੜੀ ਨਿਕਲੇ ਉਹਨਾਂ ਦੇ ਟਰੈਕਟਰ ਤੇ ਕਰਾਹੀ ਲਿਆਂਦੇ ਪੂਰਤੀਆਂ ਤੇ ਫਿਰ ਅੱਗੇ ਲੱਗੇ ਆ ਜਦੋਂ ਹੁਣ ਜੀਨ ਦੇ ਖੇਤਰ ਦੇ ਵਿੱਚ ਉਤਰਨਾ ਸੀਗਾ ਦੁਸ਼ਯੰਤ ਚਟਾਲਾ ਨੇ ਦੁਸ਼ਯੰਤ ਚਟਾਲਾ ਇਹ ਇਸ ਵਕਤ ਭਾਈਵਾਲ ਖੱਟੜ ਦੀ ਸਰਕਾਰ ਦੇ ਵਿੱਚ ਉਹ ਹੈਗਾ ਡਿਪਟੀ ਸੀਐਮ ਉਹਨੇ ਉਤਰਨਾ ਸੀ ਆਪਣਾ ਹੈਲੀਕਾਪਟਰ ਲੈ ਕੇ ਤੇ ਕਿਸਾਨਾਂ ਨੇ ਕਈਆਂ ਚੱਕੀਆਂ ਤੇ ਹੈਲੀਪੈਡ ਹੀ ਪੱਟਤਾ ਕਹਿੰਦੇ ਸਾਹ ਬਰਾਬਰ ਤੁਸੀਂ ਸੜਕਾਂ ਪੱਟੀਆਂ ਪਾ ਹੈਲੀਪੈਡ ਪੱਟਤਾ ਜਨਾਬ ਆਈ ਹੀ ਨਹੀਂ ਉਹ ਤਾਂ ਸਿਰੜੀ ਕਿਸਾਨ ਸੀ ਗਾ ਨਿਕਲ ਗਏ ਫੇਰ ਵੀ ਤੁਸੀਂ ਕਹੋ ਵੀ ਮੈਂ ਫਲਾਣੀ ਤਾਂ ਤੇ ਤਾਰ ਲੈਣਾ ਉਤਰ ਹੀ ਨਹੀਂ ਕਹਿੰਦੇ ਵੀ ਰੋਲਾ ਨਾ ਕਿਤੇ ਵੱਜੇ ਪਰ ਕਹਿੰਦੇ ਤਾਂ ਭਾਅ ਇਹ ਆ ਵੀ ਕਿਸਾਨ ਇਸ ਵਕਤ ਦੇ ਤਾਂ ਰਹੇ ਪੂਰੀ ਟੱਕਰ ਮੂੰਹ ਦੀ ਤਾਂ ਖਾਣੀ ਪੈ ਰਹੀ ਹੈ ਬੀਜੇਪੀ ਤੇ ਉਹਨਾਂ ਦੇ ਸਮਰਥਕਾਂ ਨੂੰ ਪਰ ਫਿਰ ਵੀ ਮੰਨਦੇ ਨਹੀਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਗੈਂਡੇ ਦੀ ਚਮੜੀ ਵਾਲੇ ਇਹ ਇਹ ਸਮਝਦੇ ਨਹੀਂ ਅਸਰ ਨਹੀਂ ਹੁੰਦਾ ਪਿੰਡੇ ਦੇ ਉੱਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਨ੍ਹਾਂ ਨੇ ਅੰਬਾਲੇ ਦੇ ਵਿੱਚ ਮਨੋਹਰ ਲਾਲ ਖੱਟੜ ਦੀ ਗੱਡੀ ਨੂੰ ਪਿਛਲੇ ਦਿਨੀ ਰੋਕਿਆ ਸੀ ਜਦੋਂ ਦੋਸ਼ ਲੱਗਾ ਸੀ ਵੀ ਕਿਸਾਨਾਂ ਨੇ ਹਮਲਾ ਕੀਤਾ ਉਹਨਾਂ ਦੇ ਵਿੱਚੋਂ 13 ਕਿਸਾਨਾਂ ਨੇ ਉੱਤੇ ਇਰਾਦਾ ਕਤਲ ਦੇ ਤੇ ਦੰਗਾ ਭੜਕਾਉਣ ਦੇ ਤੇ ਡਿਊਟੀ ਦੇ ਵਿੱਚ ਵਿਗੜਨ ਪਾਉਣ ਦੇ ਤੇ ਕਈ ਹੋਰ ਧਰਾਵਾਂ ਦੇ ਤਹਿਤ ਪਰਚੇ ਦਰਜ ਕੀਤੇ ਆ ਪਰ ਹੁਣ ਮੇਰੇ ਮਨ 'ਚ ਇੱਕ ਹੋਰ ਸਵਾਲ ਆਉਂਦਾ ਵੀ ਜਦੋਂ ਤੁਸੀਂ ਸੜਕਾਂ ਪੱਟੀਆਂ ਸਰਕਾਰੀ ਜਾਇਦਾਦ ਦਾ ਨੁਕਸਾਨ ਨਹੀਂ ਕੀਤਾ ਤੁਹਾਡੇ ਤੇ ਵੀ ਪਰਚਾ ਹੋਣਾ ਚਾਹੀਦਾ ਜਦੋਂ ਉੱਥੇ ਧੱਕਾ ਮੁਕੀ ਕਰਦਿਆਂ ਨੇ ਖੱਟੜ ਦੇ ਮੂਹਰੇ ਕਈ ਸਿੱਖਾਂ ਨੇ ਪੰਗਾ ਲਾਤੀਆਂ ਤੇ ਉਦੋਂ ਭਾਵਨਾਵਾਂ ਨੂੰ ਭੜਕਾਇਆ ਨਹੀਂ ਇਹਦਾ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਮਤਲਬ ਤਕੜੇ ਦਾ 27ਵੀਂ ਹੀ ਸੋਆ ਉਹ ਮਨ ਆਈਆਂ ਕਰਦੇ ਆ ਬਿਲਕੁਲ ਸੋ ਸਮੇਂ ਦੀ ਨਜ਼ਾਕਰ ਨੂੰ ਵੇਖਦੇ ਹੋਏ ਅੱਜ ਦੀ ਵਿਚਾਰ ਚਰਚਾ ਵਿੱਚ ਇੰਨਾ ਹੀ ਵਿਸਤਾਰ ਦੇ ਵਿੱਚ ਟੈਣਾ ਸਾਹਿਬ ਨੇ ਦੱਸਿਆ ਕਿ ਕਿਵੇਂ ਕਿਸਾਨੀ ਸੰਘਰਸ਼ ਕਿਸ ਮੋੜ ਦੇ ਉੱਪਰ ਖੜਾ ਹੈ ਤੇ ਕਿਵੇਂ ਜੋ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਵੀ ਅੱਜ ਵੀ ਕਿਸਾਨਾਂ ਦੇ ਵਿੱਚ ਜੋਸ਼ ਭਰਿਆ ਹੋਇਆ ਕੱਲ ਫਿਰ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਯਾਰ ਪਰ ਲੈ ਕੇ ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸੁਵੰਨ ਸਿੰਘ ਟੈਣਾ ਜਿੰਦ ਦੀ ਇਜਾਜ਼ਤ ਤੁਸੀਂ ਵੇਖਦੇ ਹੋ ਅਜੀਤ ਵੈਬ ਟੀਵੀ ਧੰਨਵਾਦ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਉਹਨੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ